ਅੱਤਿਸ਼ ਯੋక్తి ਦਾ ਮਤਲਬ ਹੈ ਬਹੁਤ ਹੀ ਵਧਾ ਛੜਾ ਕੇ ਕਹਿਣਾ ਮੈਂ ਇੱਕ ਘਰ ਚ ਮਹਿਮਾਨ ਸੀ ਮੇਜ਼ਬਾਨ ਦਾ ਨਿੱਕਾ ਜਿਹਾ ਬੱਚਾ ਭੱਜਦਾ ਹੋਇਆ ਬਾਹਰੋਂ ਅੰਦਰ ਆਇਆ ਤੇ ਆਪਣੇ ਪਿਤਾ ਨੂੰ ਆ ਕੇ ਕਿਹਾ ਕਿ ਮੇਰੇ ਪਿੱਛੇ ਸੈਂਕੜੇ ਸ਼ੇਰ ਲੱਗ ਗਏ ਬੱਬਰ ਸ਼ੇਰ ਪਿਓ ਨੇ ਕਿਹਾ ਠੀਕ ਤਰ੍ਹਾਂ ਦੱਸ ਸ਼ੇਰ ਇੱਥੇ ਸੜਕ ਉੱਤੇ ਕਿੱਥੇ ਮਿਲ ਜਾਣਗੇ ਬੱਬਰ ਸ਼ੇਰ ਤੈਨੂੰ ਕਿੱਥੇ ਮਿਲ ਗਏ ਮੁੰਡਾ ਥੋੜਾ ਚੌਂਕਿਆ ਉਨੇ ਕਿਹਾ ਸ਼ੇਰ ਤਾਂ ਨਹੀਂ ਸੀ ਕੁੱਤੇ ਹੀ ਸੀ ਪਿਓ ਨੇ ਕਿਹਾ ਹੋਰ ਜ਼ਰਾ ਠੀਕ ਤਰ੍ਹਾਂ ਦੱਸ ਸੈਂਕੜੇ ਕੁੱਤੇ ਅਚਾਨਕ ਕਿੱਥੋਂ ਆ ਗਏ ਉਹਨੇ ਕਿਹਾ ਸੈਂਕੜੇ ਤਾਂ ਨਹੀਂ ਸਨ ਇੱਕ ਹੀ ਸੀ ਪਿਓ ਨੇ ਪੁੱਛਿਆ ਉਹ ਤੇਰੇ ਪਿੱਛੇ ਲੱਗਾ ਸੀ ਤੇਰੇ ਤੇ ਹਮਲਾ ਕੀਤਾ ਸੀ ਉਹਨੇ ਕਿਹਾ ਉਹ ਹਮਲਾ ਕੀ ਕਰੇਗਾ ਗਵਾਂਡੀ ਦਾ ਲੰਗੜਾ ਕੁੱਤਾ ਪਰ ਉਹ ਪਿੱਛੇ ਪਿੱਛੇ ਆ ਰਿਹਾ ਸੀ ਪਿਓ ਦਾ ਨਰਾਜ਼ ਹੋਣਾ ਸੁਭਾਵਕ ਸੀ। ਉਹਨੇ ਕਿਹਾ 10 ਕਰੋੜ ਵਾਰ ਤੈਨੂੰ ਕਹਿ ਚੁੱਕਿਆ ਕਿ ਅਤਿਸ਼ ਯੋਗਤੀ ਨਾ ਕੀਤਾ ਕਰ। ਮੁੰਡਾ ਤਾਂ ਚਲਾ ਗਿਆ। ਮੈਂ ਪਿਓ ਨੂੰ ਪੁੱਛਿਆ ਇਸ ਬੱਚੇ ਦੀ ਉਮਰ ਕਿੰਨੀ ਹੈ? ਉਹਨੇ ਕਿਹਾ ਹੋएगी ਕੋਈ 3 ਸਾਲ ਦੀ। ਤਾਂ ਮੈਂ ਕਿਹਾ ਜੇਕਰ ਇਸ ਦੇ ਜਨਮ ਤੋਂ ਲੈ ਕੇ ਤੁਸੀਂ ਰੋਜ਼ 1 ਲੱਖ ਵਾਰ ਕਹਿ ਰਹੇ ਹੋ ਤਾਂ ਕਿਤੇ 3 ਸਾਲਾਂ ਚ 10 ਕਰੋੜ ਅੱਤੇਸ਼ ਰੋਕਤੀ ਤੁਸੀਂ ਇਹਦੀ ਰੁਕਵਾਣਾ ਚਾਹੁੰਦੇ ਹੋ ਜ਼ਿਆਤੀ ਤਾਂ ਤੁਸੀਂ ਵੀ ਕਰ ਰਹੇ ਹੋ ਤੇ ਉਸ ਤੋਂ ਬਹੁਤੀ ਕਰ ਰਹੇ ਹੋ ਸ਼ਾਇਦ ਉਹਦੀ ਜ਼ਿਆਤੀ 'ਚ ਥੋੜਾ ਸੱਚ ਹੈ ਕਿ ਉਹ ਡਰ ਗਿਆ ਹੈ ਲੇਕਿਨ ਉਹਨੂੰ ਡਰ ਤਾਂ ਸ਼ੇਰ ਵਰਗਾ ਹੀ ਲੱਗਾ ਹੋਵੇਗਾ ਦੂਜੇ ਦੀ ਜ਼ਿਆਤੀ ਤੁਹਾਨੂੰ ਵਿਖਾਈ ਦਿੰਦੀ ਹੈ ਆਪਣੀ ਨਹੀਂ ਧੰਨਵਾਦ